ਮਹਿਲਪੁਰ ਪੁਲਿਸ ਵੱਲੋਂ ਮਧੂ ਰਾਣਾ ਵਕੀਲ ਦੇ ਖਿਲਾਫ 107/150 RPC ਦਾ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਗੜਸ਼ੰਕਰ ਵੱਲੋਂ ਪੰਕਜ ਕਿਰਪਾਲ ਪ੍ਰਧਾਨ ਦੀ ਅਗਵਾਈ ਹੇਠ ਅਦਾਲਤੀ ਕੰਮ ਠੱਪ ਕੀਤਾ ਗਿਆ ਅਤੇ SDM ਗੜਸ਼ੰਕਰ ਨੂੰ ਮੰਗ ਪੱਤਰ ਦਿੱਤਾ ਗਿਆ। ਵਕੀਲਾਂ ਦੇ ਸੰਘਰਸ਼ ਨੂੰ ਦੇਖਦਿਆਂ ਹੋਇਆਂ SDM ਗੜਸ਼ੰਕਰ ਅਤੇ DSP ਗੜਸ਼ੰਕਰ ਵੱਲੋਂ ਵਕੀਲ ਮਧੂ ਰਾਣਾ ਦੇ ਖਿਲਾਫ ਦਰਜ 107/150 CRPC ਦੇ ਪਰਚੇ ਨੂੰ ਖਾਰਜ ਕਰਨ ਦਾ ਯਕੀਨ ਦਵਾਇਆ। ਇਸ ਮੌਕੇ ਚੌਧਰੀ ਭਾਗੂ ਰਾਮ, ਸੰਜੀਵ ਡੋਡ, ਰਾਜਕੁਮਾਰ ਪੱਟੀ, ਸੰਜੀਵ ਕਾਲੀਆ, ਹਰਪ੍ਰੀਤ ਸਿੰਘ, ਗੁਰਦੀਪ ਸੈਣੀ, ਪਵਨ ਰਾਜ, ਦੀਪਾਂਕਰ ਲੰਬ, ਰੁਪੇਸ਼ ਖੰਨਾ, ਸੰਜੀਵ ਬੰਗਾ, ਸੁਰਿੰਦਰ ਪਾਲ, ਹਰਮੇਸ਼ ਆਜ਼ਾਦ, ਰਣਵੀਰ ਬੇਦੀ, ਸਤੀਸ਼ ਲੰਬ, ਰਾਮਨਾਥ ਰਾਏ, ਨਰੇਸ਼ ਪੱਟੀ, ਮਨਜੀਤ ਸਿੰਘ, ਬਲਵਿੰਦਰ ਸਿੰਘ, ਸਤਿੰਦਰ ਰਾਜ, ਨਾਗਪਾਲ, ਬਰਜਿੰਦਰ ਸਿੰਘ, ਦਮਨ ਨਾਗਪਾਲ, ਮਧੂ ਰਾਣਾ, ਰਾਜਕੁਮਾਰ ਆਦਿ ਹਾਜ਼ਰ ਹੋਏ। ਵਕੀਲ ਭਾਈਚਾਰੇ ਨੇ ਜੋ ਏਕਤਾ ਦਾ ਪ੍ਰਦਰਸ਼ਨ ਕੀਤਾ ਆ, ਉਹਦੇ ਲਈ ਮੈਂ ਸਮੁੱਚੀ ਬਾਰ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਵਕੀਲ ਸਾਹਿਬ ਮੈਡਮ ਮਧੂ ਰਾਣਾ ਜੀ ਦੇ ਖਿਲਾਫ 107/150 ਦਾ ਜਿਹੜਾ ਕਲੰਦਰਾ ਮਾਲਪੁਰ ਪੁਲਿਸ ਨੇ ਦਰਜ ਕੀਤਾ ਸੀਗਾ, ਅੱਜ ਸਾਡੇ ਅਸੀਂ ਉਹਦੇ ਸੰਬੰਧੀ ਅੱਜ ਰੋਸ ਪ੍ਰਗਟ ਕੀਤਾ, SDM ਸਾਹਿਬ ਨੂੰ ਮੈਮੋਰੈਂਡਮ ਦਿੱਤਾ ਅਤੇ ਅੱਜ ਨੋ ਵਰਕ ਪਾਇਆ ਸੀਗਾ ਅਤੇ ਸਾਨੂੰ DSP ਸਾਹਿਬ ਨੇ, SDM ਸਾਹਿਬ ਨੇ, SHO ਸਾਹਿਬ ਨੇ ਸਾਰਿਆਂ ਨੇ ਯਕੀਨ ਦਵਾਇਆ ਆ ਕਿ ਆਪਾਂ ਜਿਹੜਾ ਇਹਨਾਂ ਨੇ ਕਲੰਦਰਾ ਗਲਤ ਦਰਜ ਕੀਤਾ ਆ ਉਹਨੂੰ ਇਹ ਡਿਸਮਿਸ ਕਰਨਗੇ ਅਤੇ ਉਹਨੂੰ ਇਹਨਾਂ ਨੂੰ ਸਾਰਿਆਂ ਨੂੰ ਮਧੂ ਜੀ ਨੂੰ ਅਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਝੂਠੇ ਪਾਏ ਗਏ ਆ ਉਹਨਾਂ ਨੂੰ ਡਿਸਚਾਰਜ ਕਰਨਗੇ। ਅਤੇ ਮੈਂ ਇਸ ਸੁੱਚੀ ਗੱਲ ਦੇ ਲਈ ਸਾਰੇ ਵਕੀਲ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਅਸੀਂ ਜਿਹੜਾ ਆਪਣਾ ਏਕਤਾ ਦਿਖਾਏ ਆ, ਏਕਤਾ ਦੇ ਵਿੱਚ ਜਿਹੜੀ ਤਾਕਤ ਹੈਗੀ ਆ ਉਹ ਅੱਜ ਸਾਹਮਣੇ ਆਈ ਆ ਅਤੇ ਉਸ ਵੱਲੋਂ ਜਿਹੜਾ ਸਾਡੇ ਵਕੀਲ ਸਾਹਿਬ ਦੇ ਖਿਲਾਫ ਉੱਠਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਉਹਨੂੰ ਹੁਣ ਖਾਰਜ ਕਰਨ ਦਾ ਜੋ ਸਾਨੂੰ ਯਕੀਨ ਦਵਾਇਆ ਗਿਆ ਉਹਦੇ ਲਈ ਅਸੀਂ DSP ਸਾਹਿਬ ਦੇ ਵੀ ਧੰਨਵਾਦੀ ਹਾਂ, SHO ਸਾਹਿਬ ਦੇ ਧੰਨਵਾਦੀ ਹਾਂ ਅਤੇ ਪ੍ਰਸ਼ਾਸਨ ਦੇ ਵੀ ਧੰਨਵਾਦੀ ਹਾਂ ਅਤੇ ਆਪਣੀ ਜਿਹੜੀ ਜੁਡੀਸ਼ਰੀ ਆ ਅਸੀਂ ਉਹਦੇ ਵੀ ਧੰਨਵਾਦੀ ਹਾਂ ਕਿ ਸਾਰਿਆਂ ਨੇ ਸਾਨੂੰ ਇਸ ਗੱਲ ਦੇ ਵਿੱਚ ਪੂਰਾ ਸਹਿਯੋਗ ਦਿੱਤਾ। ਧੰਨਵਾਦ, ਜੈ ਹਿੰਦ।